ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚ ਪੈਂਦੇ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਚ ਪੰਜਵਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਨਿਊਯਾਰਕ ਤੋਂ ਖਾਸ ਤੌਰ ਤੇ ਆਏ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਦੇ ਚੇਅਰਮੈਨ ਪ੍ਰੇਮ ਭੰਡਾਰੀ ਨੇ ਸ਼ਮੂਲੀਅਤ ਕੀਤੀ ਅਤੇ 750 ਵਿਦਿਆਰਥੀਆਂ ਨੂੰ ਡਿਗਰੀਆਂ ਵੀ ਵੰਡੀਆਂ। ਦੇਸ਼ ਭਗਤ ਯੂਨੀਵਰਸਿਟੀ ਵਿੱਚ ਅੱਜ ਪੰਜਵੀਂ ਕਨਵੋਕੇਸ਼ਨ ਹੋਈ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ਵਿੱਚ ਇਹ ਕਨਵੋਕੇਸ਼ਨ ਕੀਤੀ ਗਈ। ਇਸ ਵਿੱਚ ਜੋ ਮੁੱਖ ਮਹਿਮਾਨ ਮਿਸਟਰ ਪ੍ਰੇਮ ਭੰਡਾਰੀ ਜੀ ਆਏ, ਜੋ ਕਿ ਜੈਪੁਰ ਫੁੱਟ ਨਿਊਯਾਰਕ ਦੇ ਸੰਚਾਲਕ ਨੇ, ਚੇਅਰਮੈਨ ਨੇ, ਅਤੇ ਬਹੁਤ ਵੱਡੀ ਸੇਵਾ ਕਰ ਰਹੇ ਨੇ ਵਿਕਲਾਂਗਾਂ ਦੀ, ਸਪੈਸ਼ਲ ਪਰਸਨਸ ਵਿਦ ਡਿਸੇਬਿਲਿਟੀ ਆਫ ਲੋਅਰ ਲਿਮਸ। ਮੈਂ ਯੂਨੀਵਰਸਿਟੀ ਕਾ ਆਭਾਰੀ ਹੂੰ। ਯੂਨੀਵਰਸਿਟੀ ਮੇਰੇ ਕੋ ਡਾਕਟਰੇਟ ਕੀ ਮਾਨਦ ਉਪਾਧੀ ਦੇਣਾ ਚਾਹ ਰਹੀ ਥੀ ਔਰ ਮੁਝੇ ਬਤੌਰ ਮੁੱਖ ਅਤਿਥੀ ਬੁਲਾਇਆ, ਤੋ ਮੈਂ ਯਹਾਂ ਆਇਆ। ਮੁਝੇ ਬਹੁਤ ਅੱਛਾ ਲਗਾ ਔਰ ਮੈਂ ਆਭਾਰ ਵਿਅਕਤ ਕਰਨਾ ਚਾਹ ਰਹਾ ਹੂੰ ਚਾਂਸਲਰ ਸਾਹਿਬ ਕਾ, ਵਾਈਸ ਚਾਂਸਲਰ ਸਾਹਿਬ ਕਾ, ਮੈਨੇਜਮੈਂਟ ਕਾ, ਕਿ ਇਤਨਾ ਅੱਛਾ ਵਿਸ਼ਵ ਵਿਦਿਆਲਯ ਮੁਝੇ ਪੰਜਾਬ ਮੇਂ ਦੇਖਣੇ ਕੋ ਮਿਲਾ ਹੈ। ਮੇਰੀ ਤਰਫ ਸੇ ਪੂਰੀ ਸ਼ੁਭਕਾਮਨਾਏ। ਯਹੀ ਨਹੀਂ, ਮੈਂ ਭਰੋਸਾ ਦਿਲਾ ਕੇ ਜਾ ਰਹਾ ਹੂੰ। ਬਹੁਤ ਹੈਪੀ ਫੀਲ ਹੋ ਰਿਹਾ ਸਾਨੂੰ, ਫਾਈਨਲੀ ਅਸੀਂ ਗ੍ਰੈਜੂਏਟ ਹੋ ਗਏ ਅਤੇ ਬਹੁਤ ਵਧੀਆ ਦਿਨ ਸੀ ਅੱਜ ਸਾਡੀ ਲਾਈਫ ਦਾ ਸਾਰਿਆਂ ਦੇ ਲਈ। ਬਹੁਤ ਇੰਜੋਏ ਕੀਤਾ ਫਰੈਂਡਸ ਦੇ ਨਾਲ। ਆਈ ਐਮ ਮਾਈ ਸੈਲਫ ਡਾਕਟਰ ਨੈਨਸੀ ਸ਼ਰਮਾ, ਆਈ ਐਮ ਗ੍ਰੈਜੂਏਟ ਫਰੋਮ ਹੈਰ। ਡਿਗਰੀ ਮਿਲੀ ਹੈ, ਕਿੱਦਾਂ ਦਾ ਫੀਲ ਹੋ ਰਿਹਾ? ਇਟਸ ਰੀਅਲੀ ਅ ਗ੍ਰੇਟ ਪ੍ਰਾਊਡ ਮੂਮੈਂਟ ਬਿਕੋਜ਼ ਆਈ ਹੈਵ ਗੋਟ ਡਿਗਰੀ ਆਫ ਡਾਕਟਰੇਟ। ਯਾ, ਵੈਲੈਂਟਾਈਨਸ ਡੇ ਅੱਜ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੇਰੇ ਲਈ ਤਾਂ ਆਹੀ ਵੈਲੈਂਟਾਈਨ ਜ਼ਿਆਦਾ ਇੰਪੋਰਟੈਂਟ ਹੈ ਬਿਕੋਜ਼ ਇਟਸ ਮੇਕਿੰਗ ਮਾਈ ਲਾਈਫ। For all updated news, please subscribe Ava News and ring the bell.